ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਸੰਗਤ ਜੀ, ਅਸੀਂ ਪਿੰਡ ਪਟੋਰੀ ਹੈਗੇ, ਇਹ ਪਿੰਡ ਪਟੋਰੀ ਆ ਅਤੇ ਇਹ ਪਿੰਡ ਦੇ ਸਾਰੇ ਵੀਰ ਨੇ। ਇਹ ਨਾ ਬਾਈ ਦਰਸ ਹੈਗਾ, ਇਹ ਰਵਿਦਾਸੀਆ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਗਾ ਵੀਰ। ਇਹ ਨਾ ਪਿੰਡ ਦੇ ਵਿੱਚ ਜਿਵੇਂ ਪਰਿਵਾਰ ਸੀਗੇ ਜਿਹੜੇ, ਮਤਲਬ ਜ਼ਿਮੀਂਦਾਰ ਤਬਕੇ, ਉਹਨਾਂ ਨਾਲ ਪਹਿਲਾਂ ਤੋਂ ਰਲਦਾ ਰਿਹਾ। ਵਿੱਚ ਦੀ ਇਹਨਾਂ ਦੇ ਘਰ ਵਾਲੀ ਆ, ਇਹ ਬੀਬੀ ਹੈਗੀ, ਇਹ ਵਿਚਾਰੀ ਬਿਮਾਰ ਹੋ ਗਈ ਸੀਗੀ, ਮੈਂਟਲੀ ਅਪਸੈਟ ਹੋ ਗਈ ਸੀਗੀ, ਅਤੇ ਇਹਨਾਂ ਦੀ ਦਵਾਈ ਮਨੁੱਖਤਾ ਦੀ ਸੇਵਾ ਜਿਹੜੇ ਆਪਣੇ ਗੁਰਪ੍ਰੀਤ ਹੁਣੀ ਵੀਰ ਆ ਉਹਨਾਂ ਤੋਂ ਵੀ ਚੱਲਦੀ ਹੈਗੀ, ਅਤੇ ਬਾਈ ਦੇ ਬਹੁਤ ਅਸਰ ਆ। ਅਤੇ ਕਾਫੀ ਟਾਈਮ ਹੋ ਗਿਆ ਜਦੋਂ ਜਹਿਦ ਕਰਦਾ ਸੀ, ਛੋਟੇ ਛੋਟੇ ਹੁੰਦੇ ਦੇਖਦਿਆਂ ਨੂੰ, ਅਤੇ ਵੀਰ ਦਾ ਹਾਲ ਤੱਕ ਕੋਈ ਵੀ ਕੰਮ ਜਾਣੀ ਸੁਥਰਾ ਨਹੀਂ, ਨਾ ਇਹਦੇ ਕੋਲ ਕੋਈ ਮੋਟਰਸਾਈਕਲ ਸਕੂਟਰ ਹੁਣ ਤੱਕ ਬਣਾਇਆ ਵਿਚਾਰੇ ਨੇ। ਅਤੇ ਕਾਫੀ ਬਰੇ ਹੋ ਗਏ ਇਹਨੂੰ ਰਲਦੇ ਕੰਮ ਕਰਦੇ, ਅਤੇ ਹੁਣ ਇਹਦੇ ਜਾਣੀ ਦੀ ਵਿਚਾਰੇ ਕੋਲ ਇੰਨੀ ਪੂੰਜੀ ਹੈ ਨਹੀਂ ਗੀ, ਬਾਕੀ ਆਪਦੀ ਘਰ ਵਾਲੀ ਅਤੇ ਲਾ ਬੈਠਾ ਵਿੱਚ ਦੀ ਆਪ ਵੀ ਵਿਚਾਰੇ ਦਾ ਇਹਦਾ ਹੋ ਗਿਆ ਸੀਗਾ, ਮਤਲਬ ਅਪਸੈਟ ਰਹਿ ਗਿਆ ਸੀਗਾ। ਅਤੇ ਸੰਗਤ ਨੂੰ ਅਸੀਂ ਆਪਣੇ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਟਰੱਸਟ ਇਟਲੀ, ਉਹਨਾਂ ਵੀਰਾਂ ਉਹਨਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਵੀਰ ਨੇ ਦੋ ਖਾਣ ਬਣਾਉਣੇ ਨੇ, ਉਹ ਦੇਖਿਆ ਤੁਸੀਂ ਘਰ ਇਹਦਾ ਕਮਰਾ ਵਿਚਾਰੇ ਦਾ, ਅਤੇ ਕੋਈ ਵੀ ਦਰਵਾਜ਼ਾ ਨਹੀਂ ਹੈਗਾ, ਅਤੇ ਆਹੀ ਇੰਨੀ ਕੁ ਜਗ੍ਹਾ ਇਹਦੇ ਕੋਲ ਬਿਸਵਾ ਥਾਂ ਹੈਗਾ ਵਿਚਾਰੇ ਦਾ। ਅਤੇ ਸਾਡੀ ਭੈਣਾਂ ਵੀਰਾਂ ਨੂੰ ਬੇਨਤੀ ਹੈ NRI ਨੂੰ ਵੀ ਇਹ ਵੀਰ ਦੀ ਸਹਾਇਤਾ ਕਰੋ ਵੀ ਜਿੰਨੀ ਵੀ ਹੋ ਸਕਦਾ ਤੁਸੀਂ, ਕਿਉਂਕਿ ਦੋ ਖਾਣ ਪੈ ਜਾਣਾ ਅਤੇ ਬੱਚਿਆਂ ਨੂੰ ਪੜ੍ਹਾ ਸਕਦੇ, ਇੱਕ ਗੁੱਡੀ ਇੱਕ ਮੁੰਡਾ ਵਿਚਾਰੇ ਦੇ, ਅਤੇ ਕਈ ਬਰੇ ਹੋ ਗਏ ਜ਼ਿਮੀਂਦਾਰਾਂ ਰਲਦਿਆਂ ਨੂੰ ਵਿਚਾਰੇ ਨਾਲ ਹਾਲ ਤੱਕ ਉਹ ਜੁੜਿਆ ਨਹੀਂ, ਅਤੇ ਅਨਪੜ੍ਹ ਬੰਦਾ ਹੈਗਾ, ਬਾਕੀ ਵਿਚਾਰਾ ਕਦੇ ਗਊਸ਼ਾਲਾ ਸੇਵਾ ਕਰ ਦਿੰਦਾ ਗਾ, ਜਾ ਕੇ ਉਸ ਦਿਹਾੜੀ ਦੱਪਾ ਕਰਦਾ ਗਾ, ਅਤੇ ਇਸ ਤਰ੍ਹਾਂ ਦਾ ਗੁਜ਼ਾਰਾ ਕਰਦਾ ਗਾ। ਸੋ ਜਿਸ ਤਰ੍ਹਾਂ ਦੇ ਹਾਲਾਤ ਨੇ, ਅਸੀਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਵੀ ਸਾਰੇ NRI ਭਰਾ ਇਹਦੀ ਜ਼ਰੂਰ ਸਹਾਇਤਾ ਕਰੋ, ਕੁਛ ਤਿਲ ਫੁੱਲ ਦੇ ਕੇ ਕਿ ਦੋ ਖਾਣੇ ਦੇ ਬਣ ਜਾਣ। ਕੁਛ ਪਿੰਡ 'ਚੋਂ ਵੀ ਬੰਦੇ ਆ ਸਾਡੇ ਜਿਹੜੇ ਵੀਰ ਨੇ ਸਾਰੇ, ਅਸੀਂ ਕੁਛ ਸਹਾਇਤਾ ਕਰ ਰਹੇ ਹਾਂ ਨਾਲੇ ਟਾਊਟਾਂ ਦੀ ਹੋਰ, ਜੇ ਤੁਸੀਂ ਵੀ ਸਹਾਇਤਾ ਕਰੇਗੇ ਤਾਂ ਇਹਦਾ ਚੱਲਦਾ ਦੋ ਖਾਣ ਬਣ ਜਾ ਰਹਿਣ ਜੋਗਾ ਹੋ ਜਾਵੇ, ਅਤੇ ਆਪਾਂ ਸਾਰੀ ਵਧੀਆ ਘਰੋਂ ਸੁੱਖੀ ਸਾਰੇ ਵੱਜਦੇ ਹਾਂਗੇ। ਆਪਾਂ ਨੂੰ ਆਲੇ ਦੁਆਲੇ ਹੀ ਹੈਗੀ, ਆਪਾਂ ਨਿਗਾਹ ਮਾਰੀਏ ਵੀ ਜਿਹਨੂੰ ਲੋੜ ਆ। ਇਹ ਵਿਚਾਰਾ ਕਈ ਦਿਨ ਤੋਂ ਸਾਨੂੰ ਇਹਨੇ ਅਪਰੋਚ ਕੀਤੀ, ਇਸ ਕਰਕੇ ਅਸੀਂ ਸਰਬੱਤ ਦਾ ਭਲਾ ਸ੍ਰੀ ਗੁਰੂ ਨਾਨਕ ਦੇਵ ਇਟਲੀ ਵਾਲੇ ਟਰੱਸਟ ਆ ਵੀਰ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਵੀਰ ਦੀ ਸਹਾਇਤਾ ਕਰੋ। ਇਹ ਪਿੰਡ ਪੰਡੋਰੀ ਆ ਜੀ, ਜ਼ਿਲ੍ਹਾ ਬਰਨਾਲਾ, ਅਤੇ ਇਹਦਾ ਦਰਸਾ ਨਾਂ ਹੈਗਾ, ਅਤੇ ਰਵਿਦਾਸੀਆ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਗਾ। ਅਤੇ ਬਾਕੀ ਹੁਣ ਤੱਕ ਇਹਨੇ ਗੌਰ ਨਹੀਂ ਕਰੀ, ਹੁਣ ਇਹ ਵਿਚਾਰਾ ਆਖ ਕੇ ਜਾਣੀ ਕਿ ਕਹਿੰਦਾ ਵੀ ਯਾਰ ਮੇਰੀ ਸਹਾਇਤਾ ਕਰੋ ਵਿਚਾਰੇ, ਕਿਉਂਕਿ ਪਹਿਲਾਂ ਬਹੁਤ ਟਾਈਮ ਹੋ ਗਿਆ ਇਹਨੇ, ਮਤਲਬ ਜੋ ਵੀ ਉਹ ਜੁੜਿਆ ਨਹੀਂ ਕੁਛ ਵੀ, ਕਿਉਂਕਿ ਜਿਹੜੀ ਹੁਣ ਤੱਕ ਇਹਨਾਂ ਨੇ ਕਮਾਈ ਕੀਤੀ ਉਹ ਇਹਨਾਂ ਦੀ ਬੱਚਿਆਂ ਦੀ ਧਰਮ ਪਤਨੀ ਦੀ ਬਿਮਾਰੀ 'ਤੇ ਬਹੁਤ ਪੈਸੇ ਲੱਗੇ। ਹਾਂਜੀ ਬਾਈ ਦੱਸੇ, ਤੂੰ ਦੱਸ ਦੇ ਸੰਗਤ ਨੂੰ ਜੋ ਵੀ। ਪਹਿਲਾਂ ਤਾਂ ਵਹੀ ਕਰਦੇ ਬਿਮਾਰ ਰਹਿੰਦੇ ਸੀਗੇ, ਸਾਰੀ ਕਮਾਈ ਪਰਿਵਾਰ 'ਤੇ ਲੱਗੀ ਆ, ਹੁਣ ਮੈਂ ਆਪ ਵੀ ਅਪਸੈਟ ਹੋ ਕੇ ਘਰ ਘਰ ਛੱਡ ਕੇ ਚਲਿਆ ਗਿਆ ਸੀ। ਉਦੋਂ ਬਾਅਦ ਮੈਂ ਗਊਸ਼ਾਲਾ ਰਿਹਾ, ਫਿਰ ਮੇਰੇ ਘਰ ਦੇ ਅਪਸੈਟ ਹੋ ਗਏ, ਫਿਰ ਮੈਨੂੰ ਘਰ ਆਉਣਾ ਪਿਆ। ਅੱਜ ਮੈਂ ਸਹਾਇਤਾ ਇਸ ਲਈ ਮੰਗਦਾ, ਸਿਰਫ ਗਰੀਬ ਦਾ ਘਰ ਪੈ ਜਾਵੇ ਫਿਰ ਵੀ ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਗਊਸ਼ਾਲਾ ਸਾਪੇ ਮੈਂ ਫਿਰ ਸੇਵਾ ਕਰਾਂਗਾ, ਨਗਰ ਦੀ ਸਹਿਮਤੀ ਦੇ ਨਾਲ ਕਰਾਂਗਾ। ਹੱਥ ਬੰਨ੍ਹ ਕੇ ਬੇਨਤੀ ਹੈ, ਮੇਰਾ ਇੱਕ ਕਮਰਾ ਪੈਣਾ ਜ਼ਰੂਰੀ ਹੈ, ਕਿਉਂਕਿ ਮੇਰੇ ਪਰਿਵਾਰ ਨੂੰ ਵੀ ਹੌਂਸਲਾ ਹੋ ਜਾਵੇ ਕਿ ਘਰ ਪੈ ਗਿਆ ਸਾਡਾ। ਹੁਣ ਜਿਹਦੇ ਘਰ ਚੁਣਦਾ ਗਾ, ਪਰ ਮੇਰੇ ਘਰਦਿਆਂ ਦੇ ਟੈਨਸ਼ਨ ਦਾ ਨੁਸ ਕਰਕੇ ਫਿਰ ਟੈਨਸ਼ਨ ਪੈ ਜਾਂਦੀ ਹੈ ਕਿ ਆਪਣਾ ਘਰ ਨਹੀਂ ਪਿਆ, ਸਾਰਿਆਂ ਨੇ ਘਰ ਪਾ ਲਏ। ਪਰ ਮੈਂ ਇਹੀ ਕਹਿੰਦਾ ਹੱਥ ਬੰਨ੍ਹ ਕੇ ਕਿ ਗਰੀਬ ਦਾ ਘਰ ਜ਼ਰੂਰ ਪੈਣਾ ਚਾਹੀਦਾ। ਨਗਰ ਦੀ ਸਹਿਮਤੀ ਦੇ ਨਾਲ ਦੇਖ, 4000 ਇੱਟ ਇੱਥੋਂ ਪੰਡੋਰੀ ਦਾ ਭਾਈ ਸੀ ਜਿਹਦੇ ਮੈਂ ਅੱਜ ਤੱਕ ਕੰਮ ਦਿਹਾੜੀ ਵੀ ਨਹੀਂ ਗਿਆ, ਉਹਨੇ ਵੀ 4000-24000 ਦੀ ਇੱਟ ਲਿਆ ਕੇ ਗਰੀਬ ਦੇ ਘਰ ਦੇ ਮੂਹਰੇ ਲਾਤੀ ਆ, ਆਪ ਹੀ ਉਹਨੇ ਲਿਆ ਕੇ ਦਿੱਤੀ ਆ, ਉਹਦਾ ਧੰਨਵਾਦ ਕਰਦਾ ਮੈਂ। ਦੇਖੋ ਨਗਰ ਦੀ ਸਹਿਤੀ ਦੇ ਨਾਲ ਮੇਰਾ ਘਰ ਪੈ ਜੇ, ਬਹੁਤ ਬਹੁਤ ਸ਼ੁਕਰ ਹੋਵੇਗਾ, ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ। ਤੁਸੀਂ ਸੁਣ ਲਈ ਆ ਸੰਗਤ ਜੀ ਸਾਰੇ ਕਿ ਸੇਵਾ ਹੀ ਕਰਵਾ ਗਊਸ਼ਾਲਾ ਮਾਤਾ ਦੀ, ਕੋਈ ਦੱਸ ਕੰਮ ਵੀ ਕਰੇ ਕੋਈ ਨਹੀਂ, ਸੰਗਤ ਨੂੰ ਬੇਨਤੀ ਹੈ ਜ਼ਰੂਰ ਦੀ ਤੁਸੀਂ ਸਹਾਇਤਾ ਕਰੋ ਵੀਰ ਦੀ, ਕਿਉਂਕਿ ਸਾਰਿਆਂ ਨੂੰ ਮਹਾਰਾਜ ਨੇ ਬੜਾ ਖੁਦ ਦਿੱਤਾ ਹੈਗਾ ਵੀ ਅੱਜ ਬਹੁਤ ਸੌਖੇ ਵੀ ਆ ਲੋਕ ਬਹੁਤ। ਨਗਰ ਜਿਹੜਾ ਬਾਹਰ ਗਿਆ ਨਾ, ਸਾਰਿਆਂ ਨੂੰ ਪਤਾ ਵੀ ਪੰਡੋਰੀ ਵਾਲਾ ਫੱਕਰ ਵਧੀਆ ਸੇਵਾ ਕਰਦਾ, ਜਿਹੜੇ ਬਾਹਰ ਗਏ ਵੀਰ ਨੇ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਵੇਖ ਕੇ ਪਤਾ ਵੀ ਕਰ ਸਕਦਾ ਵੀ ਪੰਡੋਰੀ ਦਾ ਇੱਕ ਕੋਈ ਭਗਤ ਸੇਵਾ ਕਰਦਾ ਸੀ, ਵਧੀਆ ਕਰਦਾ, ਉਹ ਗੱਲ ਸੁਣ ਕੇ ਤੁਸੀਂ ਮੈਨੂੰ ਪੈਸਾ ਟੁੱਕਰ ਪਾ ਸਕਦੇ ਹੋ ਭਾਈ। ਕੋਈ ਨਹੀਂ ਦੱਸ ਕਰਾਵਾਂਗੇ, ਕੋਈ ਨਹੀਂ ਠੀਕ ਹੈ ਸਾਰੇ ਜੀ, ਘਰ ਦਿਖਾ ਦਿਓ, ਆਜੋ ਆਜੋ ਦੇਖ ਲਓ, ਆਹ ਤਾਂ ਦੇਖ ਲਿਆ, ਇੱਧਰ ਕਮਰਾ ਇੱਕ, ਆਹ ਇਹ ਬਾਥਰੂਮ ਨੇ ਬਾਈ ਦੇ, ਅਤੇ ਇੱਕ ਆਹ ਹੈਗਾ ਵੀ ਇਹ ਢੱਟ ਰਿਹਾ ਹੈਗਾ ਵੀ ਢਹਿ ਰਿਹਾ ਹੈਗਾ, ਇਹ ਵੀ ਹੁਣ ਇੱਟਾਂ ਬਾਲਿਆ 'ਤੇ ਹੀ ਹੈਗਾ ਕੋਈ, ਇਹਦੇ ਦੇਖ ਲਓ ਵਿਚਾਰੇ ਪਹਿਲਾਂ ਤੋੜੀ ਤਾੜੀ ਪਾਉਂਦਾ ਸੀ, ਹੁਣ ਇਹਦੇ ਕੋਲ ਹੁਣ ਹੈ ਨਹੀਂ ਗੀ ਮਾਇਆ, ਘਰ ਵਾਲੀ ਦੇ ਲਾਲੂ ਬੈਠਾ ਵਿਚਾਰਾ,
ਇਸ ਕਰਕੇ ਵੀ ਤੁਸੀਂ ਇਹ ਦੇਖ ਲਓ बीमारी जो एक बार घर वड़ जाए फिर हालात वाले माड़े हो जाते घर के अपना इन्हों का कमरा जी एक जिद रेंदे ने इन्हें बच्चे बहुत होशियार ने पढ़ाई के पर जाने के थोड़ा पैसा जो बीमारियों वध लगेगा परमात्मा की कृपा हुई है सुधार होया जी सेहत के इन्हों की धर्म पत्नी ने पर फिर भी जाने के हज संभलिया नहीं गया इन्हों तो दुबारे एक बार जो बंदा डिग पैंदा संभलना बहुत औखा होंदा हुण ते बेनती इन्हां रे भरावां नूं ते नगर निवासी उन्हां हां जी सारे जणे आपां हंबला मारीए हां जी हां जी इहदा कम खर्च नहीं किसे इक ते बोझ नहीं पाउणा आपां जी पहलां तो ही मतलब जिमीदारी चंगे परिवारां नाल रलदा रहा तेरा हां जी बाकी है वी अपसेट हो गया जदों बेचारे नूं फिर नहीं आ हुंदा जी जिमीदार नूं पैसा मिलिया बराबर मिलिया पर जदों बीमारियां ते लग जांदा ना फिर ओह हां जदों बीमारियां के घर च बढ़ जाण मेहनत जानी हां जी समां आ गया कि ਇਹਦਾ ਵੀ ਅਪ ਡਾਊਨ ਆ ਗਿਆ ਇੰਨਾ ਮਤਲਬ ਡਾਊਨ ਚੱਲਿਆ ਗਿਆ ਵਿਚਾਰਾ ਹਾਂਜੀ ਹੁਣ ਤੱਕ ਇਹਨਾਂ ਕੋਈ ਸਕੂਟਰ ਮੋਟਰਸਾਈਕਲ ਕੁਛ ਵੀ ਨਹੀਂ ਉਹਨਾਂ ਵਿਚਾਰਾ ਸਾਈਕਲ 'ਤੇ ਹੁਣ ਜਾਂਦਾ ਗਾ ਵੀ ਦੇਖਦੇ ਹਾਂਗੇ ਹਾਂਜੀ ਮੈਂ ਵੀ ਦੇਖਦਾ ਸਾਈਕਲ 'ਤੇ ਡੇਲੀ ਹਾਂਜੀ ਸਾਰੀ ਸੰਗਤ ਨੂੰ ਬੇਨਤੀ ਜੀ ਵੀ ਕਿਰਪਾ ਕਰਕੇ ਆਪਣਾ ਤਿਲੋਂ ਜ਼ਰੂਰ ਸਹਾਇਤਾ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਹ ਪਤਰੀ ਜੀ ਵੀ ਜਾਂਦੀ ਹੈ ਇਹਦੇ ਘਰ ਨੂੰ ਆਇਟ ਦਿਖਾ ਦੇ ਆਹ ਇੱਟਾਂ ਦੀ ਸੇਵਾ ਹੋਈ ਹੈ ਜੀ ਆਪਣੇ ਬੰਤ ਸਿੰਘ ਸੋਢਾ ਬੰਤਾ ਸਿੰਘ ਸੋਢਾ ਉਹਨਾਂ ਵੱਲੋਂ ਸੇਵਾ ਹੋਈ 24,000 ਦੀ ਇੱਟ ਵੀਰ ਨੂੰ ਦਵਾਈ ਹੈ ਇਹਨੂੰ ਨਹੀਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਬਾਕੀ ਸੀਮੈਂਟ ਬਜਰੀ ਬੁਰੀ ਹੁਣ ਸਾਰਾ ਕੁਝ ਚਾਹੀਦਾ ਹੈਗਾ ਹਾਂਜੀ ਹਾਂਜੀ ਵੀ ਉਹ ਥੋੜ੍ਹਾ ਮੋਟਾ ਹਰੇਕ ਬੰਦਾ ਕਰੇ ਨਹੀਂ ਜ਼ਰੂਰ ਜ਼ਰੂਰ ਜੀ ਗਰੀਬ ਨੇ ਬੰਦੇ ਹਾਂਜੀ 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 ਮਿਹਨਤੀ ਵੀ ਨੇ ਮਿਹਨਤੀ ਨੇ ਤਾਂ ਹੀ ਦੇਖੋ ਇਕੱਲੇ ਗਰੀਬ ਨਾਲ ਗਰੀਬ ਕੋਲ ਤਾਂ ਆਪਾਂ ਵੀ ਨਹੀਂ ਜਾਂਦੇ ਜਿਹੜਾ ਬੰਦਾ ਮਿਹਨਤੀ ਹੈ ਆਪਾਂ ਉਹਦੇ ਕੋਲ ਜਾਣਾ ਕਿਉਂਕਿ ਜੇ ਇਕੱਲੇ ਗਰੀਬ ਤਾਂ ਫਿਰ ਜਾਣ ਕੇ ਗਰੀਬ ਹੁਣ ਕੰਮ ਨਹੀਂ ਕਰਨਾ ਫਿਰ ਤਾਂ ਗਲਤ ਗੱਲ ਹੈ ਐਡਾ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਓਕੇ ਜੀ।